ਗੁਰਦਾਸਪੁਰ ਦੇ ਵਿੱਚ ਹੈ 700 ਸਾਲ ਪੁਰਾਣਾ ਜੰਗਲ ਇੱਕ ਅਜਿਹਾ ਜੰਗਲ ਜਿਸ ਦੀ ਲੱਕੜ ਅੱਜ ਤੱਕ ਕੋਈ ਵੀ ਚੋਰੀ ਕਰਕੇ ਨਹੀਂ ਜਾ ਸਕਿਆ ਪਿੰਡ ਤੋਂ ਬਾਹਰ ਇੱਕ ਪੰਡਤ ਨੇ ਇਸ ਰਹੱਸਮਈ ਜੰਗਲ ਬਾਰੇ ਖੋਲੇ ਸਾਰੇ ਪੇ ਜੇਕਰ ਗੱਲ ਕੀਤੀ ਜਾਵੇ ਜੰਗਲਾਂ ਦੀ ਤਾਂ ਇਹਨਾਂ ਦੇ ਵਿੱਚ ਲੱਗੇ ਦਰਖਤਾਂ ਦੀ ਕਟਾਈ ਦੇ ਨਾਲ ਜਿੱਥੇ ਗਲੋਬਲ ਵਾਰਮਿੰਗ ਵੱਧ ਜਾਂਦੀ ਹੈ ਉੱਥੇ ਹੀ ਇਸ ਦੇ ਕਾਫੀ ਤਰ੍ਹਾਂ ਦੇ ਸਮਾਨ ਵੀ ਬਣਾਏ ਜਾਂਦੇ ਨੇ ਜੇ ਇੱਕ ਹੱਥ ਇਸ ਦਾ ਨੁਕਸਾਨ ਵੇਖਣ ਨੂੰ ਮਿਲਦਾ ਤਾਂ ਇਸ ਲੱਕੜ ਤੋਂ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਵੀ ਤਿਆਰ ਕੀਤੀਆਂ ਜਾਂਦੀਆਂ ਨੇ ਪਰ ਇੱਕ ਅਜੀਹਾ ਜੰਗਲ ਬਾਰੇ ਤੁਹਾਨੂੰ ਦੱਸਾਂਗੇ ਜੋ 700 ਸਾਲ ਪੁਰਾਣਾ ਹੈ ਤੇ ਜਿਸ ਜੰਗਲ ਦੇ ਵਿੱਚੋਂ ਅੱਜ ਤੱਕ ਕੋਈ ਵੀ ਪਿੰਡ ਤੋਂ ਬਾਹਰ ਲੱਕੜ ਲੈ ਕੇ ਨਹੀਂ ਜਾ ਸਕਿਆ ਇਸ ਦੇ ਪਿੱਛੇ ਦਾ ਕੀ ਭੇਤ ਹੈ ਆਉ ਤੁਹਾਨੂੰ ਦੱਸ ਦਿਆਂ ਤੁਸੀਂ ਵੇਖਿਆ ਇਸ ਜੰਗਲ ਦੇ ਜਿਹੜੇ ਜੰਗਲ ਦੇ ਵਿੱਚ ਜਿਹੜੇ ਬੂਟੇ ਨੇ ਆਲੇ ਦੁਆਲੇ ਕਿਸੇ ਵੀ ਤਰ੍ਹਾਂ ਦੇ ਇਸ ਤਰ੍ਹਾਂ ਦੇ ਬੂਟੇ ਨਹੀਂ ਪਾਏ ਜਾਂਦੇ ਤੇ ਜਦੋਂ ਬਰਖਾ ਹੁੰਦੀ ਹੈ ਫੁੱਲ ਖਿੜਦੇ ਨੇ ਅੰਦਰੋਂ ਇੰਨੀ ਵਧੀਆ ਖਸਬੂ ਆਉਂਦੀ ਹੈ ਸੈਂਡ ਦੀ ਪੁੱਛੋ ਹੀ ਨਾ ਬਹੁਤ ਵਧੀਆ ਖਸਬੂ ਆਉਂਦੀ ਹੈ ਇਹ ਇੱਥੋਂ ਤੁਸੀਂ ਲਾਸਟ ਇੱਥੋਂ ਤੱਕ ਆ ਸਕਦੇ ਹੋ ਇਸ ਤੋਂ ਗਾਂ ਤੁਸੀਂ ਨਹੀਂ ਜਾ ਸਕਦੇ ਅੰਦਰ ਜਿਹੜਾ ਜੰਗਲ ਹੈ ਬਹੁਤ ਜ਼ਿਆਦਾ ਘਣਾ ਵਾ ਤੇ 700 ਸਾਲ ਪਹਿਲਾਂ ਇਹ ਜਗ੍ਹਾ ਜਿਹੜੀ ਹੈ ਕਾਇਆ ਗਵਾਲ ਤੋਂ ਇੱਕ ਰਾਤ ਵਿੱਚ ਆਈ ਸੀ ਇਸ ਜਗ੍ਹਾ ਦੇ ਆਉਣ ਤੋਂ ਪਹਿਲਾਂ ਇੱਥੇ ਪੱਧਰੀ ਜ਼ਮੀਨਾਂ ਹੁੰਦੀਆਂ ਸੀ ਕਿਸਾਨਾਂ ਦੀ ਜਿਨ੍ਹਾਂ ਦੇ ਨਾਂ ਤੇ ਪੈਲੀਆਂ ਸੀ ਉਹਨਾਂ ਨੇ ਇਸ ਜੰਗਲ ਨੂੰ ਪੁੱਟਣ ਦੀ ਵੀ ਕੋਸ਼ਿਸ਼ ਕੀਤੀ ਯਾ ਅੱਗੇ ਉਹਨਾਂ ਦੇ ਜਿਹੜੇ ਵੰਸਜ ਆ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਪਰ ਜਿੰਨੇ ਵੀ ਕੋਸ਼ਿਸ਼ ਕੀਤੀ ਉਹਨਾਂ ਨਾਲ ਬਹੁਤ ਜ਼ਿਆਦਾ ਮਾੜਾ ਹੋਇਆ ਇਸ ਕਰਕੇ ਹੁਣ ਕੋਈ ਵੀ ਇਸ ਜੰਗਲ ਨੂੰ ਛੇੜਨ ਦੀ ਕੋਸ਼ਿਸ਼ ਨਹੀਂ ਕਰਦਾ ਇਹ ਜੰਗਲ ਜਿਹੜਾ ਹੈ ਧਰਮਰਾਜ ਖਜੂਰੀਆ ਜੀ ਸੀਗੇ ਉਹਨਾਂ ਨੂੰ ਦੋ ਪੁੱਤਰਾਂ ਦਾ ਵਰਦਾਨ ਦਿੱਤਾ ਹੀ ਉਹਨਾਂ ਦੇ ਘਰ ਜਦੋਂ ਦੋ ਸੰਤਾਨਾਂ ਹੋਈਆਂ ਨਾਮ ਕਰਨ ਪਹਿਲੇ ਬਾਬਾ ਜੀ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਹੀ ਕਿ ਉਹ ਜਿਹੜੀ ਜਗ੍ਹਾ ਹੈ ਉਹਨਾਂ ਦੇ ਨਾਂ ਤੋਂ ਨਗਰ ਬਸੇਗਾ ਤੇ ਉੱਥੇ ਕਾਇਆ ਗਵਾਲ ਨਗਰ ਬਸਿਆ ਹੀ ਤੇ ਇੱਥੇ ਜਦੋਂ ਬਾਬਾ ਜੀ ਆਏ ਹੀ ਪੱਧਰੀ ਜ਼ਮੀਨਾਂ ਹੁੰਦੀਆਂ ਹੀ ਤੇ ਸਮਾਦੀ ਲਾ ਕੇ ਬਾਬਾ ਜੀ ਬੈਠੇ ਹੀ ਜਿਨ੍ਹਾਂ ਦੀ ਜ਼ਮੀਨਾਂ ਹੀ ਕਿਸਾਨਾਂ ਦੀ ਉਹਨਾਂ ਨੇ ਲਾਲਚ ਵਿੱਚ ਆ ਕਰਕੇ ਬਾਬਾ ਜੀ ਦੇ ਉੱਤੇ ਹਲਚਲਾ ਦਿੱਤਾ ਕਿਤੇ ਬਾਬਾ ਜੀ ਇੱਥੇ ਕੁੱਲੀ ਨਾ ਪਾ ਲੈਣ ਆਸ਼ਰਮ ਨਾ ਬਣਾ ਲੈਣ ਤੇ ਜਦੋਂ ਉਹਨਾਂ ਦੀ ਸਮਾਧੀ ਭੰਗ ਹੋਈ ਬਾਬਾ ਬਨਖੰਡੀ ਨਾਜ਼ੀ ਜੀ ਦੀ ਤੇ ਉਹਨਾਂ ਨੇ श्राਵ ਦਿੱਤਾ ਸੀ ਕਿ ਜਿੰਦੇ ਜੀ ਇਸ ਜਗ੍ਹਾ ਨੂੰ ਇਸਤੇਮਾਲ ਨਹੀਂ ਕਰ पाओਗੇ ਔਰ ਇਸ ਜਗ੍ਹਾ ਦੀ ਕਿਸੇ ਵੀ ਵਸਤੂ ਦਾ ਜੇ ਤੁਸੀਂ ਇਸਤੇਮਾਲ ਕਰਨਾ ਚਾਹੋਗੇ ਕੇਵਲ ਦਾਹ ਸੰਸਕਾਰ ਦੇ ਵਿੱਚ ਕਰ ਸਕੋਗੇ ਜੰਗਲ ਦੀ ਜਿੰਨੇ ਵੀ ਲੱਕੜੀ ਖੜੀ ਹੈ ਉਹਨਾਂ ਨਾਲ ਕੋਈ ਨਾ ਕੋਈ ਘਟਨਾ ਵਾਪਰੀ ਹੈ ਜਿਨਾ ਦੇ ਨਾਂ ਵਗਦੀ ਸੀ ਜਗ੍ਹਾ ਉਹਨਾਂ ਨੇ ਇੱਕ ਵਾਰੀ ਬੂਟਿਆਂ ਨੂੰ ਵੱਢ ਕੇ ਸਤਿਰ ਬਣਾ ਕੇ ਲਾਇਆ ਸੀ ਉਹ ਸਤਿਰ ਜਿਹੜਾ ਸੀ ਕੋਠੇ ਦੇ ਉੱਪਰ ਹੀ ਹਰਾ ਹੋ ਗਿਆ ਸੀ ਤੇ ਬਾਚੋ ਉਹਨਾਂ ਦੇ ਪਰਿਵਾਰ ਵਿੱਚੋਂ ਕਿਹਨੇ ਜੰਗਲ ਨੂੰ ਹੋਰ ਜ਼ਿਆਦਾ ਪੁੱਟਿਆ ਤੇ ਉਹਨਾਂ ਨੇ ਜੋ ਹੈ ਜਿਹੜੇ ਮਤਲਬ ਬੂਟੀਆਂ ਨੂੰ ਵੱਡੇ ਕਰਦੇ ਸੀ ਉਹਨਾਂ ਵਿੱਚ ਹੀ ਉਹਨਾਂ ਦੀ ਮਰਤੀ ਹੋ ਗਈ ਸੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇੱਥੇ ਪਿੰਡ ਦੇ ਦੱਸਦੇ ਨੇ ਕੋਈ 35 40 ਸਾਲ ਪਹਿਲਾਂ ਇੱਥੇ ਪੁਲਿਸ ਚੌਕੀ ਬਣੀ ਸੀ ਜੰਗਲ ਦੇ ਪਰਲੀ ਸਾਈਡ ਸਕੂਲ ਹੈ ਸਕੂਲ ਦੇ ਵਿੱਚ ਰੁਕੀ ਸੀ ਤੇ ਉਹਨਾਂ ਨੇ ਜੰਗਲ ਤੋਂ ਲੱਕੜੀ ਕੱਢ ਕੇ ਗਲਤ ਚੀਜ਼ਾਂ ਪਕਾਉਣ ਲੱਗੇ ਤੇ ਪਿੰਡਦਿਆ ਨੇ ਆਕਰ ਕੇ ਕਿਹਾ ਇਹ ਤੁਸੀਂ ਗਲਤ ਕਰਦੇ ਪਏ ਹੋ ਇਹਦੀ ਤੁਹਾਨੂੰ ਸਜ਼ਾ ਮਿਲ ਸਕਦੀ ਹੈ ਉਹਨਾਂ ਨੇ ਕਮੰਡ ਦੇ ਵਿੱਚ ਆਕਰ ਕੇ ਕਿਹਾ ਕਿ ਇਹ ਹੀ ਅਪੇ ਦਿਖ ਲਿਆਂਗੇ ਕਹਿੰਦੇ ਨੇ ਜਦੋਂ ਰਾਤ ਹੋਈ ਤੇ ਉਹਨਾਂ ਦੀ ਜਿਹੜੀ ਚਾਰ ਪਾਈਆਂ ਸੀ ਕਦੀ ਤਾਂ ਜਾਣ ਤੇ ਕਦੀ ਠਾਂ ਤੇ ਚਮਟਾ ਵੱਜਦਾ ਹੋਇਆ ਸੁਣਾਈ ਦਿੰਦਾ ਸੀ ਉਹਨਾਂ ਦੇ ਮਤਲਬ ਸਰੀਰ ਦੇ ਵਿੱਚ ਤੇ ਦਿਖਾਈ ਕੁਛ ਨਾ ਦੇਵੇ ਤੇ ਪਿੰਡ ਦੇ ਆਨੇ ਕਿਹਾ ਪਰਲੀ ਸਾਈਡ ਜੰਗਲ ਦੇ ਪਰਲੀ ਸਾਈਡ ਬਾਬਾ ਸਿੱਧ ਬਨਖੰਡੀ ਨਾਜੀ ਦਾ ਮੰਦਿਰ ਹੈ ਉੱਥੇ ਤੁਸੀਂ ਜਾ ਕਰਕੇ ਨਕਰਗੜੂ ਮੱਥਾ ਟਿਕੋ ਫੇਰ ਤੁਹਾਡਾ ਜਿਹੜਾ ਇਹ ਕਸ਼ਟ ਹੈ ਦੂਰ ਹੋਏਗਾ ਕਹਿੰਦੇ ਨੇ ਜਦੋਂ ਤੱਕ ਪੁਲਿਸ ਵਾਲੇ ਇੱਥੇ ਰਹੇ ਸਾਲ ਮਹੀਨਾ 6 ਮਹੀਨਾ ਜਿਹੜਾ ਹੈ ਉਹ ਉਦੋਂ ਤੱਕ ਬਾਬਾ ਜੀ ਦੇ ਚਰਨਾਂ 'ਚ ਮੱਥਾ ਟੇਕਦੇ ਰਹੇ ਨਕਰਗੜਦੇ ਰਹੇ ਕਹਿੰਦੇ ਨੇ ਕੋਈ ਬੱਚਾ ਸੀ ਇੱਥੇ ਪਿੰਡ ਦਾ ਉਹਦੇ ਵੀ ਕੋਈ ਮੋਤ ਉਹ ਕਿਸ ਤਰ੍ਹਾਂ ਹਾਂ ਉਹ ਤਲਾ ਦੇ ਵਿੱਚ ਪਤਾ ਨਹੀਂ ਕਦੋਂ ਕਿੰਨੇ ਛੇਰ ਤੋਂ ਡੁੱਬਿਆ ਹੋਇਆ ਹੀ ਤੇ ਉਹ ਪਾਣੀ ਦੇ ਵਿੱਚ ਤਰੇ ਕਰਦਾ ਸੀ ਕਿਹਨੂੰ ਪਤਾ ਹੀ ਨਹੀਂ ਲੱਗਿਆ ਨਿੱਕਾ ਜਿਹਾ ਬੱਚਾ ਸੀ ਕੋਈ ਤਿੰਨਾ ਤਿੰਨਾ ਸਾਲਾਂ ਦਾ ਤੇ ਸਾਡੇ ਪਿੰਡ ਦੇ ਪੂਰਨ ਸਿੰਘ ਜੀ ਨੇ ਉਹ ਕਿਤੇ ਮੀਟਿੰਗ ਤੇ ਜਾਇ ਕਰਦੇ ਹੋਣਗੇ ਤੇ ਉਹਨਾਂ ਨੇ ਸੋਚਿਆ ਮੰਦਰ ਮੱਥਾ ਟੇਕਦਾ ਜਾਣਾ ਹਾਂ ਉਹਨਾਂ ਨੇ ਪਿੱਛੇ ਮੁੜ ਕੇ ਦੇਖਿਆ ਤੇ ਬੱਚਾ ਤਰੇ ਕਰਦਾ ਸੀ ਪੁੱਠਾ ਤਲਾ ਦੇ ਵਿੱਚ ਉਹਨਾਂ ਨੇ ਬੱਚੇ ਨੂੰ ਕੱਢਿਆ ਦੇਖਿਆ ਤੇ ਬੱਚਾ ਪੂਰਾ ਹੋ ਚੁੱਕਿਆ ਸੀ ਡਾਕਟਰ ਨੂੰ ਦਿਖਾਇਆ ਗਿਆ ਤੇ ਉਹ ਜਿਹੜਾ ਬੱਚਾ ਸੀ ਉਹ 5-6 ਘੰਟਿਆਂ ਬਾਅਦ ਜਿਹੜਾ ਹੈ ਸਾਰਿਆਂ ਨੇ ਅਰਦਾਸ ਕੀਤੀ ਬਾਬਾ ਜੀ ਤੋਂ ਕਿ ਬਾਬਾ ਜੀ ਤੁਹਾਡੇ ਚਰਨਾਂ 'ਚ ਦਾਗ ਲੱਗ ਜਾਣਾ ਇਸ ਬੱਚੇ ਨੂੰ ਜ਼ਿੰਦਾ ਕਰੋ ਤੇ ਕਹਿੰਦੇ ਨੇ 6-7 ਘੰਟੇ ਬਾਅਦ ਜਿਹੜਾ ਬੱਚਾ ਉਹ ਜੀਵਿਤ ਹੋ ਗਿਆ ਹੀ ਅਸੀਂ ਇੱਕ ਚੀਜ਼ ਹੋਰ ਦੱਸਾਂਗੇ ਕਿ ਜਿਹੜਾ ਬੱਚਾ ਪੂਰਾ ਹੋਇਆ ਹੀ ਜ਼ਿੰਦਾ ਹੋਣ ਦੇ ਚਮਤਕਾਰ ਕਰਕੇ ਹਰ ਐਤਵਾਰ ਇੱਥੇ ਲੰਗਰ ਜਿਹੜਾ ਲੱਗਦਾ ਹੈ ਉਸ ਲੰਗਰ ਦੇ ਵਿੱਚ ਉਹਦੇ ਦਾਦਾ-ਦਾਦੀ ਭਾਂਡਿਆਂ ਦੀ ਸੇਵਾ ਕਰਦੇ ਨੇ ਇੱਥੇ 36 ਬਰਾਦਰੀਆਂ ਹੁੰਦੀਆਂ ਨੇ ਜਿਨ੍ਹਾਂ ਵਿੱਚ ਇੱਥੇ ਖਜੂਰੀਏ ਹਰਚੰਦ ਤੇ ਮੰਗੋਤਰਾ ਦਲੂਤਰਾ ਮਜੂਤਰਾ ਸੂਤਰਾ ਕਲੂਤਰਾ ਲਲੂਤਰਾ ਜਗੋਤਰਾ ਲਖੋਤਰਾ ਮਲੋਤਰਾ ਪੰਤੋਤਰਾ ਬੰਠੋਤਰਾ ਇਸ ਤਰ੍ਹਾਂ ਜਿਨ੍ਹਾਂ ਦੇ ਅੱਗੇ ਤਰਾ ਲੱਗਦਾ ਹੈ ਇਹ 12 ਜਾਤੀਆਂ ਨੇ ਫਿਰ ਚਾਂਡਲ ਰਿਊ ਭੋਗਲ ਫਗਵਾੜੀ ਅਖਲੋਈ ਖਾਂਗਲੇ ਸਰੀਏ ਬੁਸਗਾਲ ਮੰਗੋਲੀ ਸਰਮਾਲ ਕੁੰਡਲ ਜਸਵਾਲ ਕੈਂਟ ਮਟਾਨ ਗਰਗੜੀ ਤਰੀਆਡ ਸੰਸੀ ਬਟਵਾਲ ਸਨੀਆਲ ਇਸ ਤਰੀਕੇ ਨਾਲ ਜਿਹੜੇ ਨੇ ਟੋਟਲ 36 ਬਰਾਦਰੀਆਂ ਇੱਥੇ ਆਉਂਦੀਆਂ ਨੇ ਇੱਥੇ ਕਹਿੰਦੇ ਸੀ ਇੱਕ ਕੋਈ 111 ਕੁਇੰਟਲ ਦਾ ਲੱਡੂ ਵੀ ਬਣਿਆ ਗਿਆ ਉਹਦਾ ਕੀ ਹਾਂ ਹਾਂ ਜਦੋਂ ਪੂਰਬ ਦੇ ਵਿੱਚ ਸੰਤ ਰਹਿੰਦੇ ਸੀ ਉਹਨਾਂ ਨੇ ਇੱਥੇ 111 ਕੁਇੰਟਲ ਦਾ ਲੱਡੂ ਬਣਵਾਇਆ ਸੀ ਤੇ ਉਹ ਹੁਣ ਉਹਦੀ ਥਾਂ ਤੇ 56 ਪ੍ਰਕਾਰ ਦੇ ਲੰਗਰ ਲੱਗਦੇ ਨੇ ਧਰਮ ਦਿਹਾੜੇ ਨੂੰ ਔਰ ਉਹ ਫਿਰ ਸੰਗਤ ਦੇ ਵਿੱਚ ਸਟਾਲ ਦੇ ਥਾਂ-ਥਾਂ ਸਟਾਲ ਲਾ ਕਰਕੇ ਵਰਤਾਇਆ ਜਾਂਦਾ ਗੁਰਦਾਸਪੁਰ ਤੋਂ ਜਸਵਿੰਦਰ ਸਿੰਘ ਦੇ ਨਾਲ ਚੜ ਦਿਗਲਾ ਟਾਈਮ ਟੀਵੀ